ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨ ਬੇਦੀ ਤੇ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਇੱਕ ਬਹੁਤ ਵੱਡਾ ਕਈ ਕਰੋੜਾਂ ਦੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਉਹਦੇ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੀਐਸਟੀ ਦੀ ਜਾਲੀ ਬਿਲਿੰਗ ਦੇ 700 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਜੀ ਹਾਂ ਹੁਣ ਤੱਕ 122 ਕਰੋੜ ਰੁਪਏ ਤੋਂ ਵੱਧ ਇਨਪੁਟ ਟੈਕਸ ਕ੍ਰੈਡਿਟ ਦੀ ਧੋਖਾਧੜੀ ਤੋਂ ਜਿਹੜਾ ਪਰਦਾ ਉੱਠਿਆ ਹੈ ਪੰਜ ਵਿਅਕਤੀ ਗ੍ਰਿਫਤਾਰ ਹੋਏ ਨੇ ਜੀ ਹਾਂ ਪੰਜਾਬ ਸਟੇਟ ਜੀਐਸਟੀ ਦੇ ਇਨਵੈਸਟੀਗੇਸ਼ਨ ਵਿੰਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਦਿੱਲੀ ਅਤੇ ਹਰਿਆਣਾ ਸਵੇਤ ਵਕਫਾ ਖਰਾਜਾ ਵਿੱਚ ਜਾਲੀ ਬਿਲਿੰਗ ਦਾ ਨੈਟਵਰਕ ਬਣਾਉਣ ਤੇ ਚਲਾਉਣ ਅਤੇ ਸਰਕਾਰ ਨੂੰ ਟੈਕਸ ਦੀ ਅਦਾਇਗੀ ਕੀਤੇ ਬਿਨਾਂ ਧੋਖਾਧੜੀ ਦੇ ਨਾਲ ਵਕਫਾ ਫਰਮਾਂ ਨੂੰ 122 ਕਰੋੜ ਤੋਂ ਵੱਧ ਦੀ ਆਈਟੀਸੀ ਪਾਸਕਰਣ ਤੇ ਫਾਇਦਾ ਕਮਾਉਣ ਦੇ ਦੋਸ਼ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਸਟੇਟ ਟੈਕਸ ਟੈਕਸ ਕਮਿਸ਼ਨਰ ਦੇ ਵੱਲੋਂ ਜਿਹੜੀ ਐ ਦਿੱਤੀ ਗਈ ਹੈ ਦੱਸਦੀ ਹੈ ਕਿ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇਹ ਜਿਹੜਾ ਘੁਟਾਲਾ ਜਦੋਂ ਪੜਤਾਲ ਚੱਲੇਗੀ ਤਾਂ ਕਈ ਜਿਹੜੀਆਂ ਪਰਤਾਂ ਖੁੱਲਣਗੀਆਂ 700 ਕਰੋੜ ਰੁਪਏ ਦਾ ਜਿਹੜਾ ਇਹ ਘੁਟਾਲਾ ਏ ਇਸ ਦਾ ਪਰਦਾ ਫਾਸ਼ ਹੋਇਆ ਹੈ 122 ਕਰੋੜ ਰੁਪਏ ਤੋਂ ਵੱਧ ਦੀ ਇਨਪੁਟ ਜਿਹੜੀ ਟੈਕਸ ਕ੍ਰੈਡਿਟ ਦੀ ਧੋਖਾਧੜੀ ਤੋਂ ਜਿਹੜਾ ਇਹ ਪਰਦਾ ਉੱਠਿਆ ਪੰਜ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਅਜੇ ਜਦੋਂ ਪੁੱਛਗਛ ਹੋਏਗੀ ਤਾਂ ਬਹੁਤ ਵੱਡੇ ਬਹੁਤ ਵੱਡੇ ਜਿਹੜੇ ਇਹਦੇ ਵਿੱਚ ਹੋਰ ਵੀ ਜਿਹੜੇ ਖੁਲਾਸੇ ਨੇ ਉਹ ਸਾਹਮਣੇ ਆ ਸਕਦੇ ਨੇ ਦੱਸਦੀ ਹੈ ਕਿ ਜਿਹੜਾ ਖੋਰਾ ਲਗਾਇਆ ਜਾ ਰਿਹਾ ਸੀਗਾ ਜਿਹੜਾ ਸਰਕਾਰ ਦੇ ਮਾਲੀਏ ਨੂੰ ਸੋ ਪਿਛਲੇ ਸਾਲ ਮੋਬਾਈਲ ਵਿੰਗ ਜਰੰਦਰ ਦੇ ਵੱਲੋਂ ਤਾਂਬੇ ਦਾ ਸਕ੍ਰੈਪ ਲਾ ਜਾ ਰਹੇ ਵਾਹਨ ਨੂੰ ਫੜਨ ਤੋਂ ਬਾਅਦ ਵਿਭਾਗ ਨੂੰ ਨੈੱਟਵਰਕ ਬਾਰੇ ਪਤਾ ਚੱਲਿਆ ਸੀ ਤੇ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਮਾਲ ਸਥਾਨਕ ਤੌਰ ਤੇ ਖਰੀਦਿਆ ਗਿਆ ਸੀ ਜਦੋਂ ਕਿ ਈਬੇ ਅਤੇ ਇਸ ਤੋਂ ਇਲਾਵਾ ਫਰਮ ਤੋਂ ਤਿਆਰ ਕੀਤੇ ਸਨ ਵਿਸਥਾਰ ਦੇ ਵਿੱਚ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕਈ ਰਾਜਾਂ ਦੇ ਵਿੱਚ ਜਿਹੜਾ ਇਹ ਜਾਲ ਫੈਲਿਆ ਹੋਇਆ ਹੈ 44 ਫਰਮਾਂ ਦਾ ਇੱਕ ਨੈਟਵਰਕ ਹੈ ਜੋ ਸਥਾਨਕ ਗੈਰ ਰਜਿਸਟਰਡ ਡੀਲਰਸ ਦੇ ਦੁਆਰਾ ਕੀਤੀ ਗਈ ਖਰੀਦ 'ਚੋਂ ਬਣਦੀ ਟੈਕਸ ਦੇਣਦਾਰੀ ਦੇ ਨਬੇੜੇ ਦੇ ਲਈ ਜਾਲੀ ਆਈਟੀਸੀ ਬਣਾਉਣ ਵਾਸਤੇ ਵਰਤਿਆ ਜਾ ਰਿਹਾ ਸੀ ਸੋ ਸਰਕਾਰ ਨੂੰ ਜਿਹੜੀ ਬਿਲਕੁਲ ਜਿਹੜੀ ਚਪਤ ਲਗਾਈ ਜਾ ਰਹੀ ਸੀ ਮੋਟਾ ਜਿਹੜਾ ਚੂਨਾ ਲਗਾਇਆ ਜਾ ਰਿਹਾ ਸੀ ਸਰਕਾਰ ਨੂੰ ਔਰ ਇਸ ਤੋਂ ਇਲਾਵਾ ਜਦੋਂ ਅਸਬੂਤਾ ਦਾ ਸਾਹਮਣਾ ਕਰਨ ਦੇ ਮੁਕਦੋਸ਼ੀ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਹ ਕੁਝ ਹੋਰ ਸਾਥੀਆਂ ਦੀ ਮਦਦ ਦੇ ਨਾਲ ਨੈੱਟਵਰਕ ਚਲਾ ਰਿਹਾ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਲਾਸ਼ੀ ਮੁਹਿੰਮ ਦੌਰਾਨ ਵਕਫ ਫਰਮਾਂ ਦੇ ਨਾਲ ਸਬੰਧਤ ਦਸਤਾਵੇਜ਼ ਅਤੇ ਤਿਆਰ ਕੀਤੇ ਗਏ ਜਾਲੀ ਇਨਵੌਇਸ ਅਤੇ ਈਵੇਜ਼ ਸ਼ੇਅਰ ਕਰਨ ਦੇ ਲਈ ਵਰਤੇ ਗਏ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਨੇ ਨੈੱਟਵਰਕ ਦੇ ਵੱਲੋਂ ਕੁੱਲ ਜਾਲੀ ਬਿਲਿੰਗ 700 ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਤਿਆਰ ਕੀਤੀ ਗਈ ITC ਅਤੇ ਟੈਕਸ ਚੋਰੀ 122 ਕਰੋੜ ਤੋਂ ਵੱਧ ਹੈ। ਸੋ ਜਾਲੀ ਨੈਟਵਰਕ ਦੇ ਵਕਫਾ ਖਲਾਫ ਪਾਤਰੀਆਂ ਤੇ ਇਸ ਵਿੱਚ ਸ਼ਾਮਲ ਹੋਰਨਾਂ ਸਾਥੀਆਂ ਬਾਰੇ ਵੀ ਸਬੂਤ ਜਿਹੜੇ ਨੇ ਉਹ ਲਗਾਤਾਰ ਇਕੱਠੇ ਕੀਤੇ ਜਾ ਰਹੇ ਨੇ। ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਲੁਧਿਆਣਾ ਜ਼ਿਲ੍ਹਾ ਦੇ ਕਸਬਾ ਖੰਨਾ ਦੇ ਨਾਲ ਸਬੰਧਤ ਨੇ ਵਕਫਾ ਖਲਾਫ ਪਾਤਰੀਆਂ ਤੇ ਹੋਰ ਸਾਥੀਆਂ ਦੇ ਖਿਲਾਫ ਕਾਰਪਈ ਹੈ ਜਿਹੜੀ ਔਰੰਭੀ ਗਈ ਹੈ। ਸੋ ਬਹੁਤ ਵੱਡੀ ਇੱਕ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਦੇ ਉੱਤੇ ਸਾਂਝੀ ਕਰ ਰਹੇ ਹਾਂ। 700 ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਜਿਹੜਾ ਪਰਦਾ ਫਾਸ਼ ਹੋਇਆ ਹੈ ਪੰਜਾਬ ਸਟੇਟ GST ਦੇ ਵੱਲੋਂ GST ਦੀ ਜਾਲੀ ਬਿਲਿੰਗ ਦੇ 700 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾ ਫਾਸ਼ ਹੋਇਆ ਹੈ ਲੁਧਿਆਣਾ ਨੇੜੇ ਖੰਨਾ ਦੇ ਸਾਰੇ ਲੋਕ ਦੱਸੇ ਜਾ ਰਹੇ ਨੇ ਹੁਣ ਤੱਕ 122 ਕਰੋੜ ਰੁਪਏ ਤੋਂ ਵੱਧ ਇਨਪੁਟ ਟੈਕਸ ਕ੍ਰੈਡਿਟ ਦੀ ਧੋਖਾਧੜੀ ਤੋਂ ਇਹ ਪਰਦਾ ਉੱਠਿਆ ਹੈ ਪੰਜ ਗ੍ਰਿਫਤਾਰੀਆਂ ਹੋਈਆਂ ਨੇ ਔਰ ਜਦੋਂ ਪੁੱਛ ਪੜਤਾਲ ਹੋਏਗੀ ਤਾਂ ਵਕ-ਵਕ ਤਰ੍ਹਾਂ ਦੇ ਹੋਰ ਵੱਡੇ ਖੁਲਾਸੇ ਵੀ ਜਿਹੜੇ ਹੋ ਸਕਦੇ ਨੇ ਤਾਂ ਫਿਲਹਾਲ ਡੇਲੀ ਪੋਸਟ ਪੰਜਾਬੀ ਤੇ ਹੋ ਤੇ ਨਹੀਂ ਧੰਨਵਾਦ